ਪਿਸਤੌਲ ਤੇ ਪੈਟਰੋਲ ਦੀ ਬੋਤਲ ਲੈ ਕੇ ਮਿੰਨੀ ਸਕੱਤਰੇ ਦੀ ਛੱਤ ਤੇ ਚੜਿਆ ਸਾਬਕਾ ਫੌਜੀ, ਪੁਲਿਸ ਨੂੰ ਪਈਆਂ ਭਾਜੜਾਂ। ਪੰਚਾਇਤੀ ਜ਼ਮੀਨ ਤੋਂ ਕਬਜ਼ੇ ਨਾ ਹਟਾਏ ਜਾਣ ਤੋਂ ਨਾਰਾਜ਼ ਪਿੰਡ ਸੰਦੋਹਾ ਦਾ ਇੱਕ ਵਿਅਕਤੀ ਪੈਟਰੋਲ ਦੀ ਬੋਤਲ ਅਤੇ ਪਿਸਤੌਲ ਲੈ ਕੇ ਵੀਰਵਾਰ ਨੂੰ ਮਿੰਨੀ ਸਕੱਤਰੇ ਦੀ ਛੱਤ ਤੇ ਚੜ ਗਿਆ। ਪਤਾ ਲੱਗਦਿਆਂ ਹੀ ਪੁਲਿਸ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ ਅਤੇ DSP ਸਿਟੀ ਵਿਸ਼ਵਜੀਤ ਸਿੰਘ ਤੁਰੰਤ ਪੁਲਿਸ ਪਾਰਟੀ ਸਮੇਤ ਛੱਤ ਤੇ ਪਹੁੰਚੇ ਅਤੇ ਘਿਰਾਓ ਕੀਤਾ। ਕਾਫ਼ੀ ਮੁਸ਼ਕਲ ਤੋਂ ਬਾਅਦ ਪੁਲਿਸ ਨੇ ਉਸਨੂੰ ਕਾਬੂ ਕਰਕੇ ਉਸ ਤੋਂ ਪੈਟਰੋਲ ਦੀ ਬੋਤਲ ਅਤੇ ਪਿਸਤੌਲ ਖੋਲ੍ਹਿਆ ਅਤੇ ਉਸਨੂੰ ਛੱਤ ਤੋਂ ਹੇਠਾਂ ਉਤਾਰ ਦਿੱਤਾ। ਉਸਨੇ ਦੱਸਿਆ ਹੈ ਕਿ ਕਬਜ਼ਾ ਛੁਡਵਾਉਣ ਦੇ ਲਈ ਉਸਨੇ BDO ਨੂੰ ਸ਼ਿਕਾਇਤ ਕੀਤੀ, ਜਿਨ੍ਹਾਂ ਨੇ ਅੱਗੇ ਮਾਲ ਵਿਭਾਗ ਨੂੰ ਭੇਜ ਦਿੱਤੀ, ਜਿਸ ਤੋਂ ਬਾਅਦ ਕਾਨੂੰ ਗੋਵੀ ਫਿਰਨੀ 'ਤੇ ਸਥਿਤ ਉਕਤ ਸਥਾਨ ਨੂੰ ਦੇਖਣ ਲਈ ਗਏ। ਉਹਨਾਂ ਦੱਸਿਆ ਕਿ ਅਧਿਕਾਰੀਆਂ ਨੇ ਗਲਤ ਰਿਪੋਰਟਾਂ ਦਿੱਤੀਆਂ ਅਤੇ ਪੰਚਾਇਤੀ ਜ਼ਮੀਨ 'ਤੇ ਕਬਜ਼ਾ ਕਰਨ ਵਾਲਿਆਂ ਖਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ ਅਤੇ ਨਾ ਹੀ ਕਬਜ਼ੇ ਛੁਡਾਏ ਗਏ। ਇਸ ਸੰਬੰਧੀ ਉਹ ਮੁੱਖ ਮੰਤਰੀ ਭਗਵੰਤ ਮਾਨ, ਮਾਲ ਮੰਤਰੀ ਨੂੰ ਵੀ ਸ਼ਿਕਾਇਤ ਕਰ ਚੁੱਕੇ ਹਨ, ਪਰ ਕੋਈ ਕਾਰਵਾਈ ਨਹੀਂ ਹੋਈ। ਮਾਮਲੇ ਦੀ ਜਾਂਚ ਲਈ ADCP ਬਠਿੰਡਾ ਅਤੇ ਤਹਿਸੀਲਦਾਰ ਬਠਿੰਡਾ ਨਾਲ ਗੱਲਬਾਤ ਕੀਤੀ ਜਾ ਰਹੀ ਹੈ। ਮਾਮਲੇ ਦੀ ਜਾਂਚ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ। ਜੀ ਸਿੰਘ ਫੌਜੀ, ਸਾਬਕਾ ਫੌਜੀ ਆ ਮੈਂ। ਮੰਗ ਕੀ ਆ ਜੀ? 1.5 ਸਾਲ ਹੋ ਗਿਆ ਸਾਡੇ ਪਿੰਡ ਨਜਾਇਜ਼ ਕਬਜ਼ਾ, ਪਿੰਡ ਸੰਦੋਹਾ 'ਚ ਪੰਚਾਇਤੀ ਜ਼ਮੀਨ 'ਤੇ 3-8 ਬੰਦਿਆਂ ਨੇ ਕਰੇ। ਇੱਕ ਘਰ ਕੋਲ 50 ਕਿੱਲੇ ਹੈ, ਇੱਕ ਕੋਲ 35 ਕਿੱਲੇ ਹੈ। ਉਹਨਾਂ ਨੇ ਕਬਜ਼ਾ ਕਰ ਰੱਖਿਆ। ਮੈਂ DDP ਨੂੰ ਥਰੂ ਪ੍ਰੋਪਰ ਚੈਨਲ BDO ਮੌੜ ਨੂੰ ਐਪਲੀਕੇਸ਼ਨਾਂ ਦਿੱਤੀਆਂ। ਇਹਨਾਂ ਨੇ ਸਾਲ ਤਾਂ ਮੇਰੀ ਗੱਲ ਨਹੀਂ ਸੁਣੀ। ਜਦੋਂ ਮੈਂ ਜ਼ਿਆਦਾ ਕਰੜਾ ਹੋ ਗਿਆ, ਆਪਦੀ ਗੇਂਦ ਮਾਲ ਵਿਭਾਗ ਦੇ ਪਾਲੇ 'ਚ ਸਿੱਟਤੀ, ਕਹਿੰਦੇ ਵੀ ਨਿਸ਼ਾਨਦੇਹੀ ਕਰੋ। 3 ਵਾਰੀ ਨਿਸ਼ਾਨਦੇਹੀ ਕਰਨ ਗਿਆ ਕਾਨੂੰ ਕੋ ਪੈਸੇ ਲੈ ਕੇ ਮੁੜਿਆ ਆਉਂਦਾ। ਉੱਥੇ ਬਹੁਤ ਰਾਜ ਸਿੰਘ ਪਟਵਾਰੀ ਹੈ, ਜੋ ਰਿਟਾਇਰ ਪਟਵਾਰੀ ਹੈ, ਸਭ ਤੋਂ ਕਰਪਟ ਬੰਦਾ, ਔਰ ਲਵਪ੍ਰੀਤ ਸਿੰਘ ਕਾਨੂੰ ਕੋ ਹੈ। ਅਤੇ ਹੁਣ 15 ਤਰੀਕ ਨੂੰ ਫਿਰ ਮਿੰਤੀ ਰੱਖੀ ਸੀ। ਅਸੀਂ ਸਾਰਾ ਦਿਨ ਮੈਂ ਲੇਜ਼ਰ ਮਸ਼ੀਨ ਵਾਲਿਆਂ ਨੂੰ ਵੀ ਬੁਲਾਇਆ, ਲੇਜ਼ਰ ਮਸ਼ੀਨ ਵਾਲਿਆਂ ਨੂੰ ਵੀ ਬੁਲਾਇਆ, ਔਰ ਉਹ ਗਿਆ ਨਹੀਂ ਅਤੇ ਆਪਦੇ ਦਫ਼ਤਰ 'ਚੋਂ ਗਲਤ ਰਿਪੋਰਟ ਲਿਖ ਕੇ ਪਾਤੀ। ਇਹ ਹੈ ਮੇਰੀ ਪ੍ਰਸ਼ਾਸਨ ਨੂੰ ਬੇਨਤੀ ਹੈ, ਉਹ ਨਜਾਇਜ਼ ਕਬਜ਼ਾ ਹਟਾਇਆ ਜਾਵੇ ਅਤੇ ਉਹ ਲੋਕਾਂ ਦੇ ਕੰਮ ਆਵੇ। ਕੋਈ ਅਸੀਂ ਉੱਥੇ ਪਾਰਕ ਬਣਾ ਗਏ, ਆਂਗਣਵਾੜੀ ਸਾਡੇ ਨਹੀਂ, ਉੱਥੇ ਆਂਗਣਵਾੜੀ ਦੇ ਕਮਰੇ ਬਣਾ ਗਏ। 11,000 ਰੁਪਇਆ ਮੈਂ ਦਿੰਦਾ ਆਪਦੇ ਕੋਲੋਂ। ਕੌਣ ਸੁਣਵਾਈ ਨਹੀਂ ਕਰ ਰਿਹਾ ਤੁਹਾਡੀ? ਸੁਣਵਾਈ ਜੀ ਮਾਲ ਵਿਭਾਗ, ਉਹ ਮਿੰਤੀ ਨਹੀਂ ਕਰ ਰਿਹਾ, ਫਿਰ ਕਾਰਵਾਈ ਪੰਚਾਇਤ ਵਿਭਾਗ ਨੇ ਕਰਨੀ ਹੈ। ਮੈਂ ਕੁਲਦੀਪ ਸਿੰਘ ਧਾਈਵਾਲ ਨੂੰ 2 ਵਾਰੀ ਮਿਲਿਆ, ਮਾਲ ਮੰਤਰੀ ਨੂੰ, ਬਰਮ ਸਿੰਘ ਜਿੰਪਾ ਜੀ ਨੂੰ 3-4 ਵਾਰੀ ਫੋਨ ਕਰ ਲਿਆ, ਵਟਸਐਪ 'ਤੇ ਉਹਨੂੰ ਸਾਰਾ ਕੇਸ ਪਾਇਆ, ਈਮੇਲ ਮੁੱਖ ਮੰਤਰੀ ਨੂੰ, ਭਗਵੰਤ ਮਾਨ ਨੂੰ। ਮੈਂ ਮਰਦਾ ਸੀ, ਹੋਰ ਮੇਰੇ ਕੋਲ ਚਾਰਾ ਨਹੀਂ। ਇਹ ਪ੍ਰਸ਼ਾਸਨ ਦੇ ਮੂੰਹ 'ਤੇ ਚਪੇੜ ਵੱਜੂਗੀ ਜਦੋਂ ਇੱਕ ਸਾਬਕਾ ਫੌਜੀ ਮਰ ਗਿਆ। ਮੈਂ ਡਿਸਪਲਨ ਫੁੱਲ ਬੰਦਾ, ਮੈਂ ਗਿੱਲੇ ਗੋਹੇ 'ਤੇ ਪੈਰ ਨਹੀਂ ਧਰਦਾ। ਕੋਈ ਮੰਗ ਕੀ ਸਾਨੂੰ ਪੰਚਾਇਤ ਦੇ ਹਵਾਲੇ, ਸਰਪੰਚ ਹੈ ਜਿਹੜਾ ਸਾਡਾ, ਉਹ ਕਰਪਟ ਬੰਦਾ, ਉਹਨਾਂ ਨਾਲ ਮਿਲਿਆ ਹੋਇਆ। ਇਹਨਾਂ ਦੇ ਦੱਸਣ ਮੁਤਾਬਕ ਕੋਈ ਜ਼ਮੀਨ ਦੇ ਪੰਚਾਇਤੀ ਜ਼ਮੀਨ ਦੇ ਨਜਾਇਜ਼ ਕਬਜ਼ੇ ਦਾ ਮਸਲਾ, ਅਤੇ ਬਾਕੀ ਸਾਰੇ ਫੈਕਟਸ ਪ੍ਰਸ਼ਾਸਨ ਤਹਿਸੀਲਦਾਰ ਸਾਹਿਬ ਆਏ ਹੋਏ ਨੇ, ਉਹ ਵੈਰੀਫਾਈ ਕਰਨਗੇ ਵੀ ਕਿਹਦੀ ਜ਼ਮੀਨ ਹੈ ਅਤੇ ਕਿਹਦਾ ਕਿਹਨੇ ਕਬਜ਼ਾ ਕੀਤਾ ਹੋਇਆ, ਜਾਇਜ਼ ਨਜਾਇਜ਼, ਉਹ ਸਾਰਾ ਡਿਸਾਈਡ ਕਰਨਗੇ। ਬਾਕੀ ਜੋ ਵੀ ਇਹਨਾਂ ਦਾ ਇਸ਼ੂ ਹੈ ਉਹ ਆਪਾਂ ਪ੍ਰਸ਼ਾਸਨ ਨਾਲ, ADC ਸਾਹਿਬ ਨਾਲ ਇਹਨਾਂ ਦੀ ਮੀਟਿੰਗ ਕਰਵਾ ਰਹੇ ਹਾਂ। ਇੱਕ ਬੋਟਲ ਸੀ ਇਹਨਾਂ ਕੋਲ ਅਤੇ ਇੱਕ ਵੈਪਨ ਵੀ ਸੀ, ਉਹ ਵੈਰੀਫਾਈ ਕਰ ਰਹੇ ਹਾਂ, ਉਹ ਇਹਨਾਂ ਦਾ ਆਪਦਾ ਜਾਂ ਲਾਇਸੈਂਸੀ ਹੈ ਜਾਂ ਕਿਵੇਂ ਆਇਆ ਇਹਨਾਂ ਕੋਲ, ਉਹ ਵੈਰੀਫਾਈ ਕਰ ਰਹੇ ਹਾਂ।